ਕਿੰਨੇ ਪੌਂਡ ਕੋਲ ਲੈ ਕੇ ਜਦੋਂ ਆਇਆ ਸੀ? ਮੈਂ ਭਾਈ 500 ਪੌਂਡ ਫੋਨ ਲੈ ਕੇ ਆਇਆ ਸੀ। ਕਿੰਨੇ ਦਿਨ ਖਰਚਤਾ ਉਹ? 3 ਦਿਨ ਲੱਗੇ। ਮਿਹਨਤ ਕਰਦੇ ਸੀ ਪਾ ਦੇਣੀ ਆਪਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਮੁੰਡੇ ਹੈਗੇ ਆਪਣੇ ਭਰਾ ਪੰਜਾਬ ਤੋਂ ਜਿਹੜੇ ਨਾਲ ਮਿਲੇ ਆ, ਅੱਜ ਟੱਕਰੇ ਆ, ਅਤੇ ਇਹਨਾਂ ਨੂੰ ਤੁਹਾਡੀ ਕਰਾਉਣੀ ਗੱਲਬਾਤ ਹੈ। ਭਾਈ ਤੇਰਾ ਕੀ ਨਾਂ ਹੈ? ਮੇਰਾ ਨਾਂ ਭਾਜੀ ਲਵਪ੍ਰੀਤ ਸਿੰਘ। ਕਿਹੜਾ ਪਿੰਡ? ਕਿਹੜਾ? ਆਪਣਾ ਲੰਮਾ ਪਿੰਡ ਜਲੰਧਰ। ਅੱਛਾ, ਲੰਮਾ ਪਿੰਡ ਜਲੰਧਰ। ਅਤੇ ਬਾਬਾ ਜੀ ਤੁਸੀਂ ਕਿੱਥੋਂ? ਭਾਜੀ ਮੈਂ, ਮੇਰਾ ਪਿੰਡ ਹੈਗਾ ਡਮੇਲੀ ਜੀ, ਫਗਵਾੜੇ ਕੋਲ। ਅੱਛਾ ਡਮੇਲੀ, ਫਿਰ ਠੀਕ ਆ। ਬਾਈ ਤੁਸੀਂ? ਮੇਰਾ ਪਿੰਡ ਭਾਈ ਜਲੰਧਰ ਆ ਜੀ। ਅੱਛਾ, ਤੇ ਸਾਰੀ ਤੁਸੀਂ? ਅਸੀਂ ਭਾਈ ਅੰਮ੍ਰਿਤਸਰ ਚੱਬਾ। ਤੂੰ ਤੂੰ ਸਾਰਿਆਂ ਤੋਂ ਬੁੜਾ ਲੱਗਦਾ, ਤੂੰ ਸਾਰਿਆਂ ਸਿਆਣਾ ਲੱਗਦਾ। ਜਿਹੜਾ ਆਇਆ ਪਹਿਲਾਂ ਆਇਆ ਲੱਗਦਾ। ਮੈਨੂੰ ਹੋ ਗਏ ਭਾਈ 4 ਸਾਲ ਹੋ ਗਿਆ। ਅੱਛਾ ਵੀ ਇਹ ਤਾਂ ਮੁੰਡੇ ਦਾ ਨਵੇਂ ਸਾਲ ਸਾਲ ਨਵੇਂ ਆਏ ਜੀ ਭਾਈ। ਫੇਰ ਤਾਂ ਸਿਗਰ ਦੇ ਸਾਰੇ ਤਾਂ ਸਿਗਰ ਦੇ ਹਨਾ? ਹਾਂਜੀ ਸਹੀ ਹੈ। ਕਿੱਦਾਂ ਆਇਆ ਸੀ ਭਰਾ? ਮੈਂ ਭਾਈ ਸਾਹੀ ਸਟੂਡੈਂਟ ਬੇਸ 'ਤੇ ਆਇਆ ਸੀਗਾ। ਅੱਛਾ, ਹਾਂਜੀ ਹਾਂਜੀ। ਫਿਰ ਫਿਰ ਕੀ ਬਾਹ ਇੱਦਾਂ ਆਉਂਦਿਆਂ ਪਹਿਲਾਂ ਤਾਂ ਬਹੁਤ ਔਖਾ ਜਿਹਾ ਲੱਗਾ। ਕੰਮ ਕਾਰਾਂ 'ਤੇ ਗਏ ਹਾਂ, ਕਾਫੀ ਧੱਕੇ ਧੁੱਕੇ ਖਾਧੇ ਆ, ਕਿੰਨੀਆਂ ਫੰਡਾਂ ਦੇ ਦਿਹਾੜੀਆਂ ਲਾਈਆਂ। ਕਲਾਸਾਂ ਚੱਲਦੀਆਂ ਵਾ, ਮੈਂ ਜਦੋਂ ਆਇਆ ਸੀਗਾ ਕੋਵਿਡ ਦੇ ਵਿੱਚ ਹੀ ਸੀਗਾ, ਔਨਲਾਈਨ ਕਲਾਸਾਂ ਚੱਲਣ ਦੀਆਂ, ਉਹੀ ਅਜੇ ਚੱਲ ਰਹੀਆਂ ਵਾ। ਅਤੇ ਫੀਸਾਂ ਕੱਢਣ ਵਾਸਤੇ ਇਹਨੂੰ ਹੱਥ ਪੱਲਾ ਮਾਰਨਾ ਪੈਂਦਾ। ਸਟਾਰਟਿੰਗ ਦੇ ਵਿੱਚ ਆਇਆ ਸੀ ਅਤੇ ਕੰਮ ਤਾਂ ਜਦੋਂ ਇੱਦਾਂ ਹੀ ਸਕਿਪ ਯਾਰਡ ਦਾ ਕੰਮ ਸੀਗਾ। ਹੁਣ ਮੰਨ ਲਓ ਆ ਇਹਦੇ 'ਚ ਸਕਿਪ ਯਾਰਡ ਦਾ ਮਤਲਬ ਹੈ ਉਹ ਜਿਹੜਾ ਪਲਾਸਟਿਕ ਅਲੱਗ ਕਰਨੀ, ਪਲਾਸਟਿਕ ਅੱਡ, ਹਰੇਕ ਚੀਜ਼, ਲੱਕੜ ਅਲੱਗ ਕਰਨੀ, ਸਟੀਲ ਅਲੱਗ ਕਰਨੀ, ਉਹ ਹਾਂ ਇਹ ਸੀਗਾ। ਉਹਦੇ 'ਚ ਲੱਗੇ ਅਤੇ ਆਏ ਦਿਹਾੜੀਆਂ ਲਾਈਆਂ, ਮਹੀਨਾ ਲੱਗੇ ਰਹਿ ਕਹਿੰਦੇ ਮਹੀਨੇ ਬਾਅਦ ਪੈਸੇ ਦਿੰਦੇ, ਲੱਗੇ ਰਹਿ ਮਹੀਨੇ ਦੇ ਪੈਸੇ ਮੰਗੇ, ਫਿਰ ਕਹਿੰਦੇ ਪੈਸੇ ਮੈਂ ਅੱਜ ਦਿੰਦਾ ਕੱਲ੍ਹ ਦਿੰਦਾ, ਇੱਦਾਂ ਕਰ ਕਰਕੇ। ਅਤੇ ਲਗਭਗ ਮੇਰਾ 1200-1300 ਪੌਂਡ ਸੀਗਾ ਉਹ ਬੰਦੇ ਨੇ ਦਿੱਤਾ ਸਟਾਰਟਿੰਗ ਦੇ ਵਿੱਚ। ਹਾਲਾਂਕਿ ਇੱਥੇ ਬੰਦੇ ਨੂੰ ਹਰ ਇੱਕ ਚੀਜ਼ ਰੈਂਟ ਵੀ ਫੀਸ ਵੀ ਕੱਢਣੀ ਪੈਂਦੀ ਸਟੋਰਰੂਮ ਦਾ। ਉਹ ਕਰਨ ਤੋਂ ਬਾਅਦ ਅੱਜ ਫਿਰ ਮੈਨੂੰ ਇੱਕ ਬ੍ਰਿੱਕੀ ਮਿਲਿਆ ਜਿਹਨਾਂ ਮਤਲਬ ਮੈਂ ਲਾਈਆਂ 1.5 ਕੁ ਦਿਹਾੜੀਆਂ, 1.5 ਕੁ ਦਿਹਾੜੀ ਲਾਈ, ਫਿਰ ਮੇਰਾ ਬੈਕ ਪੇਨ ਚਾਲੂ ਹੋ ਗਿਆ। ਚਲੋ ਉਹ ਬੰਦੇ ਨੇ ਮੈਨੂੰ ਜਿਹੜਾ 1.5 ਦਿਹਾੜੀ ਦੇ ਪੈਸੇ ਦਿੱਤੇ, ਉਹਦੇ ਨਾਲ ਮੈਂ ਆਪਦਾ ਯੂਨੀਵਰਸਿਟੀ ਗਿਆ, ਉੱਥੋਂ ਆਪਦਾ ਕਾਰਡ ਲੈ ਕੇ ਆਇਆ। ਉਹ ਤੋਂ ਬਾਅਦ 'ਚ ਮੈਂ ਜਿਹੜੇ ਬਾਈਕ ਪਹਿਲੀ ਵਾਰੀ ਇੱਥੇ ਆ ਕੇ ਰੁਕਿਆ ਨਾ, ਉਹਨੇ ਮੈਨੂੰ ਇੱਕ ਕੰਮ 'ਤੇ ਲਵਾਇਆ ਸੀਗਾ। ਸਟਿਲ ਮੈਂ ਹਜੇ ਤੱਕ ਉਸੇ ਕੰਮ 'ਤੇ ਲੱਗਾ ਅਤੇ ਮੈਂ ਥੈਂਕ ਕਰਦਾ ਉਹ ਬਾਈ ਦਾ ਵੀ ਕਿ ਉੱਥੋਂ ਜਦੋਂ ਦਾ ਉੱਥੇ ਲੱਗਾ ਮੇਰੇ ਗਾਂਹ ਦੀ ਗਾਂਹ ਵਧਿਆ ਹੀ ਆ ਕੰਮ। ਅਤੇ ਉੱਥੋਂ ਮੈਂ ਫੀਸਾਂ ਵੀ ਕੱਢ ਰਿਹਾ ਆਪਦਾ, ਘਰ ਦਾ ਖਰਚਾ ਵੀ ਚੱਲਦਾ ਸਾਰਾ, ਪਿੱਛੇ ਮਾਪੇ ਵੀ ਖੁਸ਼ ਕੀਤੇ ਹੋਏ। ਪਰ ਸਟਾਰਟਿੰਗ ਦੇ ਵਿੱਚ ਆ ਕੇ ਹਰ ਇੱਕ ਬੰਦੇ ਨੂੰ ਇੱਥੇ ਮਿਹਨਤ ਤਾਂ ਕਰਨੀ ਪੈਂਦੀ ਆ। ਇੱਕ ਮੈਂ ਇਹ ਵੀ ਗੱਲ ਮੰਨਦਾ ਕਿ ਇੱਥੇ ਸ਼ਰਾਫ ਹੀ ਜਾਂ ਕਹਿ ਲਓ, ਜਿਹੜੇ ਬੰਦੇ ਦੇ ਪੈਸੇ ਮਰੇ ਨਹੀਂ ਤਾਂ ਉਹਦਾ ਕੰਮ ਚੱਲਦਾ ਹੀ ਨਹੀਂ ਗਾ। ਮੇਰੇ ਨਾਲ ਇੱਕ ਹੋਰ ਵੀ ਬੰਦਾ ਆਇਆ ਸੀਗਾ, ਉਹਦੇ ਵੀ ਸਟਾਰਟਿੰਗ ਦੇ ਵਿੱਚ ਇੱਦਾਂ ਹੀ ਪੈਸੇ ਮਰ ਗਏ ਸੀਗੇ, ਬਾਕੀ ਹੁਣ ਠੀਕ ਚੱਲ ਰਿਹਾ ਵਾ ਕਿਰਪਾ ਮਾਲਕ ਦੀ। ਅੱਛਾ, ਘਰ ਕਿੱਦਾਂ, ਘਰ ਦੇ ਵਿੱਚ ਕਿੱਦਾਂ, ਕਿੰਨੇ ਜਣੇ ਰਹਿੰਦੇ? ਇੱਕ ਕਮਰੇ ਦੇ ਵਿੱਚ ਇੱਕ ਨਿੱਕਾ ਜਿਹਾ ਕਮਰਾ ਦੱਸ, ਇੰਡੀਆ ਹੈਗਾ, 3 ਖਾਨੇ ਦਾ ਕਮਰਾ, 3 ਖਾਨੇ ਦੇ ਕਮਰੇ ਵਿੱਚ ਕਿੰਨੇ ਜਣੇ ਰਹਿੰਦੇ ਉਹ ਦੱਸੀ ਬਾਈ? ਅਸੀਂ ਜਿੱਦਾਂ ਹੈ ਤਾਂ ਘਰ ਠੀਕ ਠਾਕ ਆ ਮਤਲਬ, ਪਰ ਇੱਕ ਕਮਰੇ 'ਚ ਅਸੀਂ 4 ਜਣੇ ਹੈਗੇ, ਮੇਰੇ ਮਾਂ ਪਿਓ ਅਤੇ ਮੇਰਾ ਛੋਟਾ ਭਰਾ। ਨਹੀਂ ਨਹੀਂ ਉੱਥੇ ਨਹੀਂ, ਇੱਥੇ ਦੀ ਗੱਲ ਕਰਦਾ। ਅੱਛਾ, ਇੱਥੇ ਇੱਥੇ ਤਾਂ ਭਾਜੀ ਅਸੀਂ 3-3 ਜਣੇ, ਇੱਕ ਡੱਬਾ ਜਿਹਾ ਰੂਮ ਹੁੰਦਾ ਉੱਥੇ ਤਾਂ ਬਹੁਤ ਖਰੇ ਆਪਾਂ, ਇੱਧਰ ਭਾਈ ਇਹ ਮੰਨ ਲਓ ਕਿ ਉਹਦੀ ਲੱਤ ਉਹਦੇ ਸਿਰ 'ਤੇ ਹੁੰਦੀ ਜਾਂਦੀ ਹੈ, ਇੱਧਰ ਤਾਂ ਇੱਦਾਂ ਭਾਈ ਇੱਦਾਂ ਕੱਟਿਆ। ਫਿਰ ਬਾਅਦ 'ਚ ਰੋਟੀ ਪਾਣੀ ਦਾ ਵੀ ਆਪ ਹੀ ਕਰਨਾ। ਨਹੀਂ ਇੱਕ ਚੀਜ਼ ਹੋਰ ਛੋਟਾ ਜਿਹਾ ਦੱਸ ਦੇ ਵੀ ਮਤਲਬ ਇੱਕ ਹਿੰਟ, ਜਿੱਦਾਂ ਉੱਥੇ ਆਪਣਾ ਕਮਰਾ ਹੁੰਦਾ 2 ਖਾਨਿਆਂ ਦਾ, 3 ਖਾਨੇ, 2 ਮਤਲਬ ਗਾਡਰ ਗੱਭੇ ਲੱਗਿਆ ਅਤੇ 2 ਖਾਨੇ ਹੋ ਗਏ, ਗਾਡਰ 2 ਲੱਗੇ ਤਾਂ 3 ਖਾਨੇ ਹੋ ਗਏ। ਇੱਕ ਕਮਰਾ 2 ਖਾਨਿਆਂ ਦਾ 3 ਖਾਨਿਆਂ ਦਾ, ਉਹ ਹਿਸਾਬ ਨਾਲ ਇੱਕ ਕਮਰਾ ਕਿੱਡਾ ਕੁ ਵੱਡਾ ਹੁੰਦਾ ਜਿਹਦੇ ਵਿੱਚ ਰਹਿੰਦੇ ਤੁਸੀਂ? ਭਾਈ ਉਹ 1 ਖਾਨਾ ਹੀ ਮੰਨ ਲਓ ਤੁਸੀਂ। ਅੱਛਾ, 1 ਖਾਨੇ ਜਾ ਤਰਨੇ, ਜਿੱਦਾਂ ਹੁਣ ਆਪਾਂ ਕਹਿ ਦਈਦੇ ਨਾ ਆਪਣੇ ਉੱਧਰ ਕਿਚਨ ਬਣੀ ਹੁੰਦੀ ਜਿੰਨੇ ਥਾਂ 'ਚ, ਉਹਨੇ ਕੁ ਥਾਂ 'ਚ ਇੱਥੇ ਮਤਲਬ ਸੌਣ ਸੂਣ ਵਾਲਾ ਮੈਂ ਜੁਗਾੜ ਹੀ ਬਣਦਾ ਉੱਥੇ। ਸਹੀ ਸਹੀ ਹੈ, ਸਹੀ ਹੈ, ਸਹੀ। ਉੱਥੇ ਕੁ ਬੰਦੇ ਨੇ ਰਹਿਣਾ, 2 ਪੈਰਾਂ ਉਹਨੂੰ ਰੱਖੋ, ਕੱਪੜੇ ਕੱਢ ਲੈ ਤਾਂ ਉੱਥੇ ਰੱਖ ਕੇ ਸੌ ਗਿਆ ਬਸ। ਸਹੀ ਹੈ, ਸਹੀ ਹੈ, ਸਹੀ ਹੈ। ਚਲੋ
ਮੈਂ ਇਹ ਚੀਜ਼ ਦੇਖੀ ਆ ਨਾ, ਮੈਂ 2019 'ਚ ਪਹਿਲੀ ਵਾਰੀ ਦਿਹਾੜੀਆਂ ਲਾ ਕੇ ਗਿਆ, ਉਦੋਂ 20 ਪਾਉਂਡ ਦਿਹਾੜੀ ਹੁੰਦੀ ਸੀ, ਉਦੋਂ ਮੁੜ ਗਿਆ 3 ਮਹੀਨੇ ਰਹਿ ਕੇ ਮੈਂ ਮੁੜ ਗਿਆ। ਉਹ ਤੋਂ ਬਾਅਦ ਮੈਂ 7ਵੀਂ 8ਵੀਂ, ਮੇਰੀ ਆ 8ਵੀਂ ਐਂਟਰੀ ਆ ਇਸ ਵਾਰੀ 8ਵੀਂ ਐਂਟਰੀ ਆ। 8ਵੀਂ ਵਾਰੀ ਆ ਗਿਆ ਵਿਜ਼ਟਰ ਮੈਂ ਉੱਥੋਂ। ਦੁਨੀਆ ਤੋਂ ਪਤਾ ਉੱਥੋਂ ਆਉਣ ਦਾ ਚਾਅ ਹੁੰਦਾ ਵੀ ਭਾਵੇਂ ਸਾਲਾ ਕਿਸੇ ਤਰ੍ਹਾਂ ਬਾੜ ਦੋ, ਭਾਵੇਂ ਕਿਸੇ ਤਰ੍ਹਾਂ ਬਾੜ ਦੋ, ਇਹੀ ਚਾਅ ਸਾਨੂੰ ਵੀ ਹੈਗਾ। ਅਸੀਂ ਏਜੰਟ ਨੂੰ ਜਾ ਜਾ ਕੇ ਕਹਿਣਾ ਭਾਈ ਹੋਇਆ ਨੀ ਕੰਮ, ਭਾਈ ਕਿੰਨਾ ਕੁ ਟਾਈਮ ਲੱਗੂਗਾ। ਇੱਥੇ ਆ ਗਏ ਭਾਈ ਨੂੰ ਕਿਹਾ ਗਏ ਭਾਈ ਤੁਸੀਂ 2 ਮਹੀਨੇ ਹੋਰ ਲੇਟ ਕਰ ਦਿੰਦੇ, ਨਜ਼ਾਰੇ ਲੈ ਲੈਂਦੇ ਹੋਰ ਜਿਹੜੇ ਹੈਗੇ। ਸਹੀ ਆ, ਸਹੀ ਆ। ਬਾਕੀ ਠੀਕ ਆ ਭਾਈ, ਕੁਛ ਫਿਰ ਥੋੜ੍ਹਾ ਬਣਨ ਵਾਸਤੇ ਦੇਖਣਾ ਵੀ ਪੈਂਦਾ। ਇਹ ਤਾਂ ਹੈ, ਇਹ ਤਾਂ ਹੈ, ਇਹ ਤਾਂ ਚੱਲ ਕੋਈ ਚੱਕਰ ਨਹੀਂ। ਅਤੇ ਬਾਬਾ ਜੀ ਤੁਸੀਂ? ਹਾਂਜੀ, ਪਿੰਡ ਬਾਈ ਡਮੇਲੀ ਆ ਜੀ, ਤੇਰਾ ਪਿੰਡ ਡਮੇਲੀ? ਡਮੇਲੀ ਆ ਜੀ, ਫਗਵਾੜੇ ਕੋਲ। ਹਾਂਜੀ ਸਹੀ ਆ। ਕਿੰਨਾ ਚਿਰ ਹੋ ਗਿਆ ਭਾਜੀ? ਮੈਨੂੰ ਹੋ ਗਿਆ ਸਾਲ ਸਟੂਡੈਂਟ ਵੀਜ਼ਾ। ਹਾਂਜੀ, ਮੇਰੀ ਚੱਲਦੀ ਆ ਯੂਨੀ, ਜਿੱਦਾਂ ਮੇਰੀ ਆਨਲਾਈਨ ਚੱਲਦੀ ਪਈ ਆ ਕੋਵਿਡ ਕਰਕੇ, ਹੁਣ ਅੱਗੇ ਸ਼ਾਇਦ ਆਫਲਾਈਨ ਹੋ ਜਾਣੀ ਆ, ਮੈਂ ਫਿਰ ਜਾਣਾ ਪੈਣਾ। ਬਾਬੇ ਪੱਕਾ ਤਾਂ ਹੋਣਾ ਨਹੀਂ ਇਸ ਕੰਟਰੀ 'ਚ, ਭੁੱਲ ਜਾ ਭੁੱਲ ਜਾ ਭੁੱਲ ਜਾ ਭੁੱਲ ਜਾ। ਹੈਡਫੋਨ ਲਾ ਲਈ ਦੇ, ਚਲੋ ਠੀਕ ਆ, ਬਸ ਕੰਮ ਕੈਮਰਾ ਆਫ ਕਰਕੇ ਕੰਮ ਕਰੀ ਜਾਈਦਾ, ਉਹ ਵੀ ਨੀ ਕੁਛ ਕਹਿੰਦੇ। ਏਦਾਂ ਹੀ ਆ, ਚਲੋ ਚੱਲੀ ਜਾਂਦੇ, ਹਫਤੇ 'ਚ 3 ਕੁ ਦਿਨ ਸਟੱਡੀ ਕਰ ਲਈ, ਕਲਾਸ ਲਾ ਲਈ ਦੀ ਆ ਬਸ, ਨਾਲੇ ਬਾਕੀ ਬਿਲਡਰ ਦੇ ਨਾਲ ਖਰਚਾ ਪਾਣੀ ਨਿਕਲ ਆਉਂਦਾ ਆਪਣੀ ਸਮਾਨ ਸਮੂਨ ਲਿਆ। ਅੱਛਾ, ਬਿਲਡਰਾਂ ਦੀ ਦਿਹਾੜੀ ਕਿੰਨੀ ਹੁਣ? ਹੁਣ ਭਾਜੀ ਹੁਣ ਤਾਂ ਵਧੀਆ ਪੇ ਮਿਲਦੀ ਆ, 70 ਪਾਉਂਡ ਮਿਲਦੀ ਆ ਘੰਟੇ ਦੇ। ਨਾਲੇ ਜਿਹੜਾ ਦਿਲ ਕਰਦਾ ਚੀਜ਼ ਉਹ ਲੈ ਲਈਦੀ ਆ ਭਾਜੀ, ਨਾਲੇ ਪਿੱਛੇ ਵੀ ਪਾ ਦੇਈਦੇ ਆ। ਸਹੀ ਆ, ਸਹੀ ਆ, ਸਹੀ ਆ। ਪੰਜਾਬ 'ਚ ਜੋ ਮਜ਼ਾ ਸੀਗਾ ਉਹ ਇੱਥੇ ਥੋੜਾ ਨਾ ਆ, ਸਾਰੇ ਨਾਲੇ ਇਕੱਠੇ ਹੁੰਦੇ ਸੀਗੇ। ਚਲੋ ਆਹ ਦੋਸਤ ਬਣ ਗਏ ਸਾਡੇ, ਅਸੀਂ ਜਿੱਦਾਂ ਦੋਨੀ ਅਸੀਂ 6 ਜਣੇ ਮੁੰਡੇ ਆ, 2 ਤਾਂ ਘਰੇ ਹੀ ਆ ਤੇ 3 ਜਣੇ ਇਹ ਆ, ਤੇ ਅਸੀਂ ਜਦੋਂ ਹੁਣ ਰਾਤ ਨੂੰ ਇਹ ਵੀ ਕਈ ਵੇਲੇ ਸਟੱਡੀ ਕਰਕੇ ਆਉਂਦੇ ਆ ਯੂਨੀ ਤੋਂ ਵਾਪਸ ਆਉਂਦੇ ਆ, ਫਿਰ ਅਸੀਂ ਰਾਤ ਨੂੰ ਕਈ ਵੇਲੇ ਨਾਈਟ ਸ਼ਿਫਟ ਲਾ ਲਈਦੀ ਆ, ਕਈ ਵੇਲੇ ਇਕੱਠੇ ਹੁੰਦੇ ਆ, ਇਕੱਠੇ ਰਾਤ ਨੂੰ ਬੈਠ ਲਈਦਾ 11-12 ਵਜੇ ਤੱਕ ਗੱਲਾਂ ਗੁੱਲਾਂ ਕਰੀਦੀਆਂ, ਚਲੋ ਖੇਡ ਖੂਡ ਲਈਦਾ, ਤਾਸ਼ ਖੇਡ ਲਈਦੀ ਆ, ਹੋਰ ਤਾਂ ਕੀ। ਹਾਂਜੀ, ਤੇ ਨਾਲੇ ਅਸੀਂ ਘੁੰਮ ਫਿਰ ਵੀ ਲਈਦਾ, ਜਦੋਂ ਵੀਕਐਂਡ ਹੁੰਦਾ ਆ ਵੀਕਐਂਡ 'ਤੇ ਘੁੰਮ ਆਈਦਾ, ਕਦੇ ਉੱਧਰ ਚਲ ਜਾਈਦਾ ਸੈਂਟਰ ਲੰਡਨ ਚਲ ਜਾਈਦਾ, ਕਦੇ ਇੱਧਰ ਵਾਈਟ ਸਿਟੀ ਚਲ ਜਾਈਦਾ। ਉਹ ਚਾਈਨਾ ਟਾਊਨ ਦੇ ਜਾਂਦੇ? ਨਹੀਂ 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 ਭਾਜੀ, ਦੇਖ ਲਾ ਮੈਨੂੰ ਲੱਗਦਾ ਤੇ ਚਾਈਨਾ ਟਾਊਨ ਜਾਂਦਾ ਤੂੰ, ਆਹ ਤੇ ਆਹ ਆਹ ਤੂੰ ਹੱਸਿਆ ਕਹਿੰਦੇ ਹੋਏ ਜਾਂਦਾ ਤੂੰ ਹੱਸਿਆ ਕਹਿੰਦੇ ਹੋਏ ਭਾਜੀ ਪੂਰੀ ਇਹਨਾਂ ਦੀ ਹੱਥ ਆ, ਹੱਥ ਪੂਰੀ ਕਰਾਉਂਦੇ ਆ। ਸਹੀ ਆ, ਸਹੀ ਆ, ਉਹ ਮੁੰਡਾ ਜ਼ਿਆਦਾ ਹੱਥ ਕਰਾਉਂਦਾ ਸਰਦਾਰ ਜਿਹੜਾ, ਉਹ ਉਹਦਾ ਕੈਮਰੇ ਮੂਹਰੇ ਆਉਂਦਾ ਨਹੀਂ, ਉਹ ਕੈਮਰੇ ਮੂਹਰੇ ਨਹੀਂ ਆਉਣਾ ਉਹਨੇ। ਹਾਂ, ਇਹਦਾ ਪਿੰਡ ਕਿਹੜਾ? ਇਹ ਭਾਜੀ ਜਲੰਧਰ ਤੋਂ ਆ। ਅੱਛਾ, ਪਹਿਲੀ ਵਾਰੀ ਜਦੋਂ ਆਇਆ ਹੋਣਾ ਉਦੋਂ ਲੱਗਾ ਹੋਣਾ ਕਿੱਥੋਂ ਸਾਲਾ ਨਰਕ ਚ ਲੈ ਕੇ ਸਵਰਗ ਚ ਆ ਗਏ ਨਾ, ਲੱਗਾ ਹੋਣਾ ਨਾ ਪੂਰਾ। ਮੈਂ ਹੁਣ ਕਿੱਦਾਂ ਲੱਗਦਾ? ਹੁਣ ਤਾਂ ਭਾਜੀ ਬਹੁਤ ਪੁੱਛੋ ਨਾ, ਹੁਣ ਕਿੱਦਾਂ ਲੱਗਦਾ ਬਹੁਤ? ਮੈਂ ਕਿਹਾ ਪੁੱਛੋ ਨਾ ਤੁਸੀਂ, ਜਿਹੜੀ ਬਿਲਡਰ ਮੱਤ ਮਾਰਦੇ ਜੀ ਇੱਥੇ, ਜਦੋਂ ਮਗਲਿਆਂ ਨੂੰ ਕਹੀਦਾ ਜੀ ਕਿ ਇੱਥੇ ਇੰਗਲੈਂਡ ਨਾ ਆਇਓ, ਹੋਰ ਕਿਤੇ ਕੰਟਰੀ ਦੇਖਿਓ, ਗਾੜੀਓ ਅਗਲੇ ਕਹਿੰਦੇ ਲੈ ਆਹੋ ਤੂੰ ਇੱਥੇ 1 ਪਾਉਂਡ ਕੁੱਟਣ ਡਿਆ ਮਾਮਾ, ਦਿਹਾੜੀ ਦਿੰਦੇ ਤੇ ਤੁਹਾਨੂੰ ਇੱਥੇ ਐ ਕਹਿਣ ਡਿਆ। ਮੈਂ ਕਿਹਾ ਕੋਈ ਗੱਲ ਨੀ, ਮੈਂ ਕਿਹਾ ਤੁਸੀਂ ਵੀ, ਮੈਂ ਕਿਹਾ ਅੱਛਾ ਅੱਛਾ, ਇੱਕ ਚੀਜ਼ ਹੋਰ ਵੀ ਦਿਖਾਈ ਆ, ਇੱਕ ਚੀਜ਼ ਆਹ ਵੀ ਦੇਖਿਓ ਜੀ, ਹੁਣ ਨੋਟ ਕਰਿਓ ਤੇ ਰਾਤ ਦੇ ਕਿੰਨੇ ਵੱਜ ਗਏ ਦੇਖੀ, ਰਾਤ ਦੇ ਭਾਈ 9:20 ਹੋ ਗਏ, 9:20 ਹੋ ਗਿਆ, ਦਿਨ ਦੇਖੋ ਹਲੇ ਭਾਈ, ਦਿਨ ਤਾਂ ਇੱਥੇ ਪਤਾ ਨੀ ਕਿਹੜਾ, ਦਿਨ ਭਾਈ 10 ਵਜੇ ਤੱਕ ਛਿਪਣਾ ਜੀ ਜਾ ਕੇ।
खर्चता तीन दिन लगे पहले रूफर ना गया जी वो बंदा वधिया मिलिया जो मैं गया दूजे ना उन्हें रखी एक वीक दी पे थले खंड लवाया जी उन्हें हजार पाउंड नप लिया जी मुड़ के हुण जदों फोन लाई दा कोई गल नहीं सिंह तेरे अकाउंट च पहुंच जूगे आज तक जी अकाउंट नहीं उन्हें मिलिया मेरा आज तक ना मेरे पैसे आए सही आ नहीं भाजी बहुत बंदे जिहड़े पैसे मारते आवी झूठ नहीं बोलते बहुत ज्यादा आ थोड़े भी नहीं है ऐदा की कमाई लगती थोड़ा की फायदा क्योंकि हम असि असी कड़ा इन्ना काम किया भाजी इंडिया दे विच इन्ना काम थोड़ो किया हुण इत्थे आके पता लगदा कि हाँ की हुंदा लत्तां बाहां तलाके आके आईदा घर नूं रात नूं थके होईदा जदों रोटी मिली मिल गई तां मिल गई खा ले नहीं मिली तां सौ जाईए इदां ही सौ जांदे हुंदे इन ए भाजी उहनां ने तां आप रोटी बणाउंदे चलो असीं तां टिफिन लवाया आ भाजी मेनू मुंडा कहिंदा गुरुद्वारे आया पहला दिखा के गया गुरुद्वारा की इत्थे आ ते मैं इत्थों निकलिया मेनू पता नहीं लगा किधर नूं जाणा किधर नूं नहीं जिद्दां बस कोई पता ही नहीं सताई हुंदे आ भाई गुरुद्वारे दा मुल हुण पता चलदा कि औखे सौखे टाइम ते रोटी भी इत्थे ही खानी आ सही गल्ल गुरुद्वारे चलो वीर कोल बहुत सेवा करदे भाई मैं एक तारीफ करदा इत्थे गुरुद्वारा साहिब दी इत्थों बहुत स्टूडेंट जां काम वाले जिहड़े आ ठीक है ना एवरीडे इत्थों रोटी लैके जांदे आ अगर कुछ नहीं कहिंदे ना नहीं कहिंदे जिद्दां मर्जी आओ जाओ है ना 24 घंटे लग जांदे कई बंदे इहो जिहे चलो ਉਹਨਾਂ ਕੋਲ ਖਾਣ ਨੂੰ ਕੁਛ ਨਹੀਂ ਹੁੰਦਾ ਉਸ ਟਾਈਮ ਤੇ ਭਾਈ ਯਾਰ ਜੇ ਮੈਂ ਨੇੜੇ ਨਿਬੜਦਾ ਨਾ ਜੇ ਗੁਰੂ ਘਰ ਨਾ ਹੁੰਦੇ ਨਾ ਤੇ ਤੇਰੇ ਮੇਰੇ ਕਈ ਹੁਣ ਨੂੰ ਉਜੜੇ ਹੁੰਦੇ ਕਈ ਉਜੜੇ ਹੁੰਦੇ ਬਹੁਤ ਭਾਈ ਜਿੱਦਣ ਮੈਂ ਆ ਨਾ ਸਾਊਦੀ ਏਅਰਲਾਈਨ ਦੇ ਵਿੱਚ ਦੋ ਬੰਦੇ ਦਿੱਲੀ ਤੋਂ ਆਏ ਸੀ ਉਹੀ ਹੋਟਲ ਬੁਕਿੰਗ ਦੇ ਵੀਜ਼ਾ ਲਵਾ ਕੇ ਉਹ ਦੋ ਬੰਦਿਆਂ ਨੇ ਪੂਰਾ ਹਫ਼ਤਾ ਰੋਟੀ ਗੁਰਦੁਆਰਾ ਸਾਹਿਬ ਖਾਧੀ ਹੈ ਭਾਜੀ ਜਦੋਂ ਨਵੇਂ ਅਸੀਂ ਆਏ ਸੀ ਅਸੀਂ ਵੀ ਉੱਥੇ ਹੀ ਖਾਧੀ ਕਦੇ ਕਦੇ ਘਰ ਪਕਾਈ ਨਹੀਂ ਪਿੰਡ ਕਦੇ ਵੀ ਨਹੀਂ ਰੋਟੀ ਪਕਾਈ ਭਾਜੀ ਰੋਟੀ ਖਾਣ ਦੀ ਗੋਲ ਮੁੰਡੇ ਨੂੰ ਪੁੱਛੋ ਇੱਕ ਮਿੰਟ ਨਹੀਂ ਸ਼ਹਿਰੀ ਲੱਗਦਾ ਨਾ ਮੈਨੂੰ ਮੜ ਜਾ ਸ਼ਕਲ ਤੋਂ ਸ਼ਹਿਰ ਵਾਲਾ ਦਾ ਹਾਲ ਹੁੰਦਾ ਜੀ ਮੁੜ ਕੇ ਆ ਨਾ ਜਾਓ ਕਿ ਭੁੱਲ ਕੇ ਨਾ ਆ ਜਾਓ ਇੱਥੇ ਯਾਰ ਲਾਰਨ ਲਾਏ ਹੋਣੇ ਭਾਜੀ ਪਹਿਲਾਂ 5 ਵਜੇ ਦਾ ਲੱਗਾ ਹੋਣਾ ਫਿਰ 5:30 ਦਾ ਫਿਰ 6 ਵਜੇ ਦਾ ਜਦੋਂ 5 ਵਜਣੇ ਨਾ ਓਹੋ 5 ਵਜ ਗਏ ਚੱਲ ਅੱਧਾ ਕੁ ਘੰਟਾ ਹੁਣ ਹੈਗਾ ਆ ਫਿਰ ਮੌਤ ਆ ਜਾਂਦੀ ਲੱਗਦੀ ਜਦੋਂ ਉੱਠਦੇ ਮਤੀ ਕਿਤੇ ਬੁਰਸ਼ ਬੁਰਸ਼ ਕਰੀਦਾ ਫਿਰ ਜਾ ਕੇ ਅੱਖ ਮਾੜੀ ਜਿਹੀ ਖੁੱਲਦੀ ਆ ਫਿਰ ਜਾ ਕੇ ਸਵੇਰ ਵੀਕਐਂਡ ਤੋਂ ਬਾਅਦ ਤਾਂ ਭਾਜੀ ਸੋਮਵਾਰ ਨੂੰ ਤਾਂ ਮੰਨਣਾ ਹੀ ਨਹੀਂ ਕਰਦਾ ਜਾਣ ਦਾ ਕੰਮ ਤੇ ਪਤਾ ਨਹੀਂ ਕਿੱਦਾਂ ਤੁਰ ਪਈਦਾ ਭਾਜੀ ਸਿੱਧੀ ਗੱਲ ਇੱਥੇ ਤੁਰਨਾ ਪੈਂਦਾ ਨਾ ਮਜਬੂਰੀਆਂ ਨਾਲ ਯਾਰ ਰੈਂਟ ਦੇਣਾ ਸਾਰਾ ਕੁਛ ਰੋਟੀ ਕਮਾਉਣੀ ਖਰਚਾ ਹਰ ਇੱਕ ਚੀਜ਼ ਖਰਚਾ ਤੁਰਨਾ ਪੈਂਦਾ ਸਾਰਾ ਚਲੋ ਠੀਕ ਹੈ ਫਿਰ ਅਤੇ ਆਪਾਂ ਹੁਣ ਇੱਥੇ ਗੱਲ ਨਿਬੇੜਦੇ ਹਾਂ ਅਤੇ ਇੱਕੋ ਪੰਜਾਬ ਨੂੰ ਸੁਨੇਹਾ ਦੇਣਾ ਦੱਸ ਦਿਓ ਆਖਰੀ ਗੱਲ ਇੱਕੋ ਗੱਲ ਨਿਬੇੜ ਦਿਓ
ਬਿਲਡਰ ਚਲੇ ਜਾਂਦੇ ਆ ਠੀਕ ਆ ਕੰਮ ਚੱਲ ਕਰ ਲੈਂਦੇ ਆ ਕੁੜੀਆਂ ਦਾ ਇਹ ਆ ਕਿ ਮੈਂ ਕਹਿਣਾ ਨੀ ਚਾਹੁੰਦਾ ਇਹ ਗੱਲ ਪਰ ਕੁੜੀਆਂ ਨੂੰ ਬਹੁਤ ਗਲਤ ਕੰਮਾਂ ਤੇ ਵੀ ਤੁਰਨਾ ਪੈ ਜਾਂਦਾ ਸੋ ਮੈਂ ਤਾਂ ਇਹੀ ਕਹੂੰਗਾ ਕਿ ਜ਼ਿਆਦਾ ਤੋਂ ਜ਼ਿਆਦਾ ਨਾ ਆਪਣਾ ਜੇ ਸਟੱਡੀ ਕੰਪਲੀਟ ਕਰਨੀ ਇੰਡੀਆ ਨਾਲੋਂ ਵਧੀ ਕਿਤੇ ਸਟੱਡੀ ਵਧੀਆ ਹੈ ਨਹੀਂ ਸਟੱਡੀ ਕੁੜੀਆਂ ਨੇ ਆਉਣਾ ਤਾਂ ਵਿਆਹ ਕਰਾ ਕੇ ਆਉਣ ਸਾਡੀ ਸਾਰੇ ਨੂੰ ਵੱਡੀ ਕਿਉਂਕਿ ਉਹਦਾ ਹਸਬੈਂਡ ਹੁੰਦਾ ਉਹਨੂੰ ਫੁੱਲ ਟਾਈਮ ਵਰਕ ਨਾਲੇ ਮਿਲਦਾ ਅਗਲਾ ਫੀਸ ਵੀ ਕੱਢ ਲੈਂਦਾ ਆ ਤੇ ਨਾਲੇ ਭਾਈ ਕੇਅਰ ਕਰਨ ਵਾਲਾ ਬੰਦਾ ਮਿਲ ਜਾਂਦਾ ਇੱਕ ਹਿਸਾਬ ਦਾ ਚਲੋ ਚਲੋ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਸਹੀ ਹੈ ਇਹ ਵੀ ਕਿੰਨਾ ਗੱਲ ਸਹੀ ਆ ਹੋਰ ਫੇ ਵਧੀਆ ਸੁਨੇਹਾ ਕੋਈ ਆ ਮੁੰਡੇ ਤੋਂ ਪੁੱਛੋ ਜੀ ਅੱਛਾ ਮੇਰੀ ਕਹਾਣੀ ਜੇ ਜੇ ਪੰਜਾਬ ਨੂੰ ਕੁਛ ਭੇਜਣਾ ਸਮਾਨ ਤੁਹਾਨੂੰ ਭੇਜਣਾ ਦੱਸ ਦਿਓ ਭਾਈ ਭੇਜਣਾ ਭਾਈ ਦੇ ਕੀ ਭੇਜਣਾ ਨਾਲੇ ਆ ਭੇਜਿਓ ਪਤਾ ਲੱਗਿਆ ਪਤਾ ਲੱਗਿਆ ਸਹੀ ਗੱਲ ਬੜੀ ਮਿਹਨਤ ਕਰਕੇ ਲਈ ਪਰ ਕੀ ਪਤਾ ਤੇਰਾ ਲਾ ਕੇ ਵੇਚ ਸਹੀ ਗੱਲ ਆ ਮੇਰਾ ਭਰਾ ਥੈਂਕ ਯੂ ਯਾਰ ਤੁਸੀਂ ਟਾਈਮ ਦਿੱਤਾ ਥੈਂਕ ਯੂ ਮੇਰਾ ਭਰਾ ਛੋਟੇ ਭਰਾ ਤੁਸੀਂ ਸਾਰੇ ਥੈਂਕ ਯੂ ਯਾਰ ਤੁਸੀਂ ਟਾਈਮ ਦਿੱਤਾ ਤੇ ਭਾਈ ਬਹੁਤ ਥੈਂਕ ਯੂ ਤੁਸੀਂ ਸਾਡੀ ਗੱਲ ਕੋਈ ਤਾਂ ਸੁਣਨ ਵਾਲਾ ਆਇਆ ਤੇ ਪਤਾ ਨਹੀਂ ਭਾਈ ਕਿੰਨੇ ਸਟੂਡੈਂਟ ਆ ਜੀ ਵਧੀਆ ਤੁਸੀਂ ਬਲੌਗ ਬਣਾਉਂਦੇ ਆ ਜਿੱਦਾਂ ਸਾਰਿਆਂ ਨੂੰ ਪਤਾ ਲੱਗਦਾ ਇੱਥੇ ਦੀ ਰਿਐਲਿਟੀ ਕੀ ਆ ਚੰਗਾ ਫੇ ਓਕੇ ਜੀ ਮੇਰੀ ਗੱਲ ਸੁਣ ਹਲੋ ਬਾਏ ਬਾਏ ਕਰ ਦਿਓ ਬਾਏ ਚੰਗਾ ਫੇ ਸਾਰਿਆਂ ਨੂੰ ਉਹ ਪੰਜਾਬ ਵਾਲਿਆਂ ਨੂੰ ਕਰ ਦਿਓ ਇੱਕ ਵਾਰੀ ਬਾਏ ਬਾਏ ਹੁਣ ਲੰਮੇ ਟਾਈਮ ਤੋਂ ਹੀ ਟੱਕਰਾਂਗੇ ਓਕੇ ਭਾਈ